ਲੋਕਾਂ ਨੂੰ ਸੰਬੋਧਿਤ ਹੋ ਰਿਹਾ ਕੀਤੀਆਂ ਜਾ ਰਹੀਆਂ। ਉੱਥੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮੀਡੀਆ ਨਾਲ ਵੀ ਵਿਸ਼ੇਸ਼ ਤੌਰ ਤੇ ਜਿਹੜੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਆਪਣੀ ਪਾਰਟੀ ਦੇ ਬਾਰੇ ਚ, ਆਪਣੀ ਪਾਰਟੀ ਦੀ ਚੋਣਾਂ ਤੇ ਕੀਤੀ ਜਾ ਰਹੀ ਤਿਆਰੀ ਬਾਰੇ ਮਹੱਤਵਪੂਰਨ ਜਾਣਕਾਰੀ ਜਿਹੜੀ ਆ ਮੀਡੀਆ ਨਾਲ ਸਾਂਝੀ ਕੀਤੀ ਜਾ ਰਹੀ ਹੈ। ਇਸੇ ਸੰਦਰਭ ਚ ਅੱਜ ਸਾਡੇ ਸਟੂਡੀਓ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸਰਦਾਰ ਸੁੱਚਾ ਸਿੰਘ ਛੋਟੇ ਪਰ ਆਏ ਹਨ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਤਿਆਰੀ ਕਰ ਰਹੀ ਹੈ, ਕਿਹੜੇ ਮੁੱਦੇ ਲੈ ਕੇ ਉਹ ਲੋਕਾਂ ਕੋਲ ਜਾ ਰਹੀ ਹੈ ਤੇ ਉਹਦੀ ਚੋਣਾਂ ਜਿੱਤਣ ਲਈ ਰਣਨੀਤੀ ਕੀ ਹੋਏਗੀ, ਤੇ ਜਿਹੜੇ ਪਾਰਟੀ ਦੇ ਵਿੱਚ ਜਿਹੜੀਆਂ ਥੋੜੀਆਂ ਜਿਹੀਆਂ ਬਾਗੀ ਸੁਰਾਂ ਉੱਭਰ ਰਹੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ, ਇਸ ਸੰਬੰਧ ਵਿੱਚ ਉਹਨਾਂ ਦੀ ਕੀ ਰਾਏ, ਇਹਨਾਂ ਸਾਰੇ ਮਸਲਿਆਂ ਤੇ ਉਹਨਾਂ ਨਾਲ ਵਿਚਾਰ ਚਰਚਾ ਕਰਾਂਗੇ। ਆਓ ਦਰਸ਼ਕੋ, ਤੁਹਾਡੇ ਰੂਬਰੂ ਹੋ ਰਹੇ ਨੇ ਸਰਦਾਰ ਸੁੱਚਾ ਸਿੰਘ ਛੋਟੇ ਪਰ, ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ। ਛੋਟੇ ਪਰ ਜੀ, ਤੁਹਾਡਾ ਅਜੀਤ ਵੈਬ ਟੀਵੀ ਦੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਤੁਸੀਂ ਪਿਛਲੇ ਜਿਹੜੇ ਆ ਕਿੰਨੇ ਹੀ ਸਾਲਾਂ ਚ ਲਗਾਤਾਰ ਕੰਮ ਕਰਦੀ ਹੈ, ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਤੀਜੀ ਵੱਡੀ ਪਾਰਟੀ ਦੇ ਤੌਰ ਤੇ ਉਭਾਰਿਆ, ਇਸ ਸੰਬੰਧ ਵਿੱਚ ਤੁਹਾਡਾ ਜਿਹੜਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ, ਇਹਦੇ ਬਾਰੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਜਾਣਕਾਰੀ। ਦੇਖੋ ਜੀ, ਨਵੀਂ ਪਾਰਟੀ ਸੀਗੀ, ਇਸ ਪਾਰਟੀ ਨੂੰ ਉਭਾਰਨ ਵਿੱਚ ਪੰਜਾਬ ਦੇ ਸੂਝਵਾਨ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਜਦੋਂ ਕੇਜਰੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਬਣਾਈ, ਦਿੱਲੀ ਦੇ ਵਿੱਚ 28 MLA ਜਿੱਤੇ, ਉਹਨਾਂ ਨੂੰ ਸਰਕਾਰ ਕਰਨ ਦਾ ਵੀ ਮੌਕਾ ਮਿਲਿਆ ਔਰ ਉਹਨਾਂ ਨੇ ਜਿਸ ਤਰ੍ਹਾਂ ਦੇ ਕੰਮ ਕੀਤੇ ਉਹਦਾ ਲੋਕਾਂ 'ਤੇ ਬਹੁਤ ਗਹਿਰਾ ਪ੍ਰਭਾਵ ਪਿਆ ਔਰ ਉਸ ਪ੍ਰਭਾਵ ਸਦਕਾ ਪੰਜਾਬ ਦੇ ਵਿੱਚ ਲੋਕ ਰਵਾਇਤੀ ਪਾਰਟੀਆਂ ਤੋਂ, ਖਾਸ ਤੌਰ 'ਤੇ ਰੂਲਿੰਗ ਪਾਰਟੀ ਤੋਂ, ਅਕਾਲੀ ਬੀਜੇਪੀ ਪਾਰਟੀ ਤੋਂ ਲੋਕ ਬਹੁਤ ਅਨਾਇਤ ਸੀਗੀ, ਨੈਗੇਟਿਵਿਟੀ ਸੀ ਇਹਨਾਂ ਦੀ, ਪਲੱਸ ਕੇਜਰੀਵਾਲ ਦਾ ਅੱਛਾ ਪਰਫਾਰਮੈਂਸ ਸੀਗੀ। 4 MP ਇੱਥੇ ਜਿੱਤੇ, ਬਹੁਤ ਵਧੀਆ ਲੋਕਾਂ ਨੇ 24-25% ਵੋਟਾਂ ਪਈਆਂ। ਉਹਦੇ ਤੋਂ ਬਾਅਦ ਜਦੋਂ ਮੈਨੂੰ ਪੰਜਾਬ ਦਾ ਕਨਵੀਨਰ ਬਣਾਇਆ ਗਿਆ ਤਾਂ ਮੈਂ ਆਪਣੀ ਪਾਰਟੀ ਨੂੰ ਉਸੇ ਦਿਨ ਕਿਹਾ ਸੀ ਕਿ ਮੈਂ ਹੁਣ ਘੱਟੋ ਘੱਟ 1 ਸਾਲ ਮੈਂ ਪਿੰਡ ਪਿੰਡ ਜਾਵਾਂਗਾ, ਮੈਂ ਆਪਣਾ ਬਿਸਤਰਾ ਗਰੀਬ 'ਚ ਰੱਖਾਂਗਾ। ਮੇਰੇ ਸਾਥੀ ਨੇ ਕਰਨ ਗਿੱਲ ਹੋਣੀ, ਖਿੰਗੜੇ ਹੋਣੀ, ਮੇਰੇ ਨਾਲ ਕੰਗ ਹੋਣੀ, ਹੋਰ ਬਹੁਤ ਸਾਰੇ ਸੱਜਣ ਮੇਰੇ ਨਾਲ ਉਸ ਵੇਲੇ ਮੂਵ ਕੀਤੇ ਆ। ਅਸੀਂ ਪਿੰਡ ਪਿੰਡ ਗਏ ਹਾਂ, ਸਾਰੇ ਪੰਜਾਬ 'ਚ ਫਿਰੇ ਹਾਂ। ਇੱਕ ਸਮਝੀ ਇੱਕ ਇਹੋ ਜਿਹੀ ਵੀ ਸਟੇਜ ਸੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀ ਜਾਂ ਸ਼ਹਿਰਾਂ 'ਚ ਅਸੀਂ ਮੀਟਿੰਗ ਕਰਦੇ ਸੀ, 50-100 ਬੰਦਾ ਇਕੱਠਾ ਹੁੰਦਾ ਸੀ ਔਰ ਮੈਨੂੰ ਬੜੀ ਇਰੀਟੇਸ਼ਨ ਹੁੰਦੀ ਸੀ ਕਿ ਲੋਕਾਂ ਨੇ 24-25% ਵੋਟਾਂ ਪਾਈਆਂ ਅਤੇ ਲੋਕ ਤੁਰ ਕਿਉਂ ਨਹੀਂ ਗਏ। ਤਾਂ ਅਸੀਂ ਲੋਕਾਂ ਨੂੰ ਫਿਰ ਆਪਣੇ ਜਿਹੜੇ ਸਾਡੇ ਵਰਕਰ ਸੀ ਉਹਨਾਂ ਨਾਲ ਮੈਂ ਕਈ ਵਾਰੀ ਖਾਈਦਾ ਸੀ ਕਿ ਮਿਹਨਤ ਨਹੀਂ ਕਰਦੇ, ਤੁਸੀਂ ਲੋਕਾਂ ਨੂੰ ਦੱਸਿਆ ਨਹੀਂ। ਬਹੁਤ ਜਦੋਜਹਿਦ ਕਰਨੀ ਪਈ ਔਰ ਮਿਹਨਤ ਸਦਕਾ ਹੀ, ਮਿਹਨਤ ਹੀ ਸਭ ਤੋਂ ਵੱਡੀ ਕਰਾਮਾਤ ਆ। ਜੇ ਲੋਕਾਂ ਨੂੰ ਤੁਹਾਡੀ ਸੰਸਾਇਟੀ 'ਤੇ ਪਤਾ ਲੱਗ ਜਾਵੇ, ਇਮਾਨਦਾਰੀ 'ਤੇ ਪਤਾ ਲੱਗ ਜਾਵੇ, ਤਾਂ ਤੁਸੀਂ ਮਿਹਨਤ ਕਰੋ ਅਤੇ ਪਰਮਾਤਮਾ ਨੇ ਫਲ ਲੈਂਦਾ ਔਰ ਅਸੀਂ ਮਿਹਨਤ ਕੀਤੀ, ਅੱਜ ਇਹ ਪਾਰਟੀ ਜਿਹੜੀ ਉਹ ਬੁਲੰਦੀਆਂ 'ਤੇ ਹੈ। ਇਹ ਇੱਕ ਨਵੀਂ ਪਾਰਟੀ ਨੂੰ ਖੜ੍ਹੇ ਕਰਨ ਲਈ, ਇਹ ਲੋਕਾਂ ਤੱਕ ਪਹੁੰਚ ਬਣਾਉਣ ਲਈ ਬਹੁਤ ਸਾਰੇ ਸਾਧਨਾਂ ਦੀ ਜ਼ਰੂਰਤ ਹੈ। ਹਾਂਜੀ ਹਾਂਜੀ, ਇਸ ਸੰਬੰਧ ਵਿੱਚ ਜਿਹੜਾ ਤੁਹਾਡੀ ਹਾਈ ਕਮਾਂਡ ਵੱਲੋਂ ਕਿੰਨੀ ਕੁ ਮਦਦ ਹੋਈ, ਪੰਜਾਬ 'ਚੋਂ ਕਿੰਨੇ ਤੁਸੀਂ ਸਾਧਨ ਜੁਟਾਏ ਆ, ਇਹਦੇ ਬਾਰੇ ਵੀ ਬਿਲਕੁਲ ਠੀਕ ਹੈ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਵੀਂ ਪਾਰਟੀ ਅਸਟੈਬਲਿਸ਼ ਪਾਰਟੀਆਂ ਦੇ ਵਿਰੁੱਧ ਖੜੀ ਕਰਨੀ ਜਿਹੜੀ, ਉਹਦੇ ਵਾਸਤੇ ਬਹੁਤ ਮੁਸ਼ਕਲਾਂ ਆਈਆਂ, ਬਹੁਤ ਮਿਹਨਤ ਕਰਨੀ ਪਈ। ਅਸੀਂ ਲੈਪਟਾਪ ਵੀ ਗੱਡੀ 'ਚ ਰੱਖਦੇ ਸੀ, ਸਾਨੂੰ ਅਖਬਾਰਾਂ ਦੇ ਵਿੱਚ ਖਬਰਾਂ ਭੇਜਣ ਵਾਸਤੇ ਵੀ ਸਾਰਾ ਕੰਮ ਆਪ ਹੀ ਕਰਨਾ ਪੈਂਦਾ ਸੀਗਾ। ਔਰ ਜਿੱਥੋਂ ਤੱਕ ਤੁਸੀਂ ਸਾਧਨਾਂ ਦੀ ਗੱਲ ਕੀਤੀ ਹੈ ਜੀ, ਸਾਧਨ ਤੇ ਆਮ ਆਦਮੀ ਪਾਰਟੀ ਕੋਲ ਤੋਂ ਬਹੁਤੇ ਹੈ ਨਹੀਂ ਸੀ ਔਰ ਦੂਜਾ ਇਹ ਸੀ ਵੀ ਸਾਡੀ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਅਕਾਊਂਟ ਹੈ ਨਹੀਂ। ਸਾਧਨ ਜਿਹੜੀ ਗੱਡੀ ਚਲਾਈ ਆ, ਜਿਹੜੀਆਂ 3-4 ਗੱਡੀਆਂ ਵੀ ਖੱਟੀਆਂ ਗਈਆਂ 2-2.5 ਸਾਲ, ਨਾਲ 10-20 ਬੰਦੇ ਵੀ ਹੁੰਦੇ ਸੀ, ਉਹਦੇ ਤੋਂ ਬਾਅਦ ਕਈ ਕਾਨਫਰੰਸਾਂ ਕਈ ਚੀਜ਼ਾਂ ਆਈਆਂ ਇਹਦੇ ਵਿੱਚ। ਕਿਉਂਕਿ ਮੇਰਾ ਸੁਭਾਅ ਆ, ਮੈਂ ਬਚਪਨ ਤੋਂ ਜਦੋਂ ਮੈਂ ਪੋਲਟਿਕਸ ਤੁਰਿਆ ਤਾਂ ਮੇਰੀ ਇਹ ਸਟੋਰੀ ਸੀ, ਮੈਂ ਲੋਕਾਂ ਨੂੰ ਇਹ ਕਿਹਾ ਸੀ ਵੀ ਨਾ ਮੈਂ ਤੁਹਾਡੀਆਂ ਜਿਬਾਂ ਖੋਲੀਆਂ, ਨਾ ਤੁਸੀਂ ਮੇਰੀਆਂ ਜਿਬਾਂ ਖੋਲੀਆਂ। ਜਦੋਂ ਇਲੈਕਸ਼ਨ ਆਉਂਦੀ ਹੈ, ਮੈਂ 6-6 ਮਹੀਨੇ ਵੀ 7-7 ਬਾਅਦ ਵੀ ਇਹ ਇਲੈਕਸ਼ਨ ਲੜੀ ਆ ਸਾਡੇ ਸਾਹਮਣੇ, ਕਿੰਨੀਆਂ ਇਲੈਕਸ਼ਨ ਲੜੀਆਂ, ਸ਼੍ਰੋਮਣੀ ਕਮੇਟੀ ਦੀਆਂ ਲੜੀਆਂ, ਅਸੈਂਬਲੀ ਦੀਆਂ ਲੜੀਆਂ, ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। ਮੈਂ ਲੋਕਾਂ ਦਾ ਰਿਣੀ ਹਾਂ, ਮੈਂ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਕਦੀ ਕਰਜ਼ ਨਹੀਂ ਉਤਾਰ ਸਕਦਾ, ਖਾਸ ਤੌਰ 'ਤੇ ਗੁਰਦਾਸਪੁਰ ਦੇ ਲੋਕਾਂ ਦਾ। ਜਿਹੜਾ ਆਮ ਭਰਾ NRI ਭਰਾ ਆ, ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਇੱਕ ਤਬਦੀਲੀ ਲਿਆਉਣ ਵਾਲੀ ਪਾਰਟੀ ਵਜੋਂ ਵੇਖਦੇ ਆ, ਤੇ ਉਹਨਾਂ ਵੱਲੋਂ ਵੀ ਸਹਾਇਤਾ ਮਿਲਦੀ ਹੈ ਪਾਰਟੀ ਨੂੰ? ਦੇਖੋ, ਮੈਨੂੰ ਨਹੀਂ ਪਤਾ, ਕਿਉਂਕਿ ਮੇਰਾ ਤਾਂ ਅਕਾਊਂਟ ਪੰਜਾਬ 'ਚ, ਆਮ ਆਦਮੀ ਪਾਰਟੀ ਪੰਜਾਬ ਦਾ ਕੋਈ ਅਕਾਊਂਟ ਅਖਾਤਾ ਨਹੀਂ ਆ। ਇਹਦੇ ਬਾਰੇ ਤਾਂ ਜਾਣਕਾਰੀ ਜਿਹੜੇ ਸਾਡੇ ਨੈਸ਼ਨਲ ਟ੍ਰੇਨਰ ਨੇ ਉਹ ਹੀ ਦੇ ਸਕਦੇ।
ਤੇ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਨਾ ਮੈਂ ਕਦੀ ਬਾਹਰੋਂ ਕਿਸੇ ਤੋਂ ਪੈਸਾ ਮੰਗਾਇਆ। ਜੇ ਕਿਸੇ ਸੱਜਣ ਨੇ ਮੈਨੂੰ ਪੈਸਾ ਦਿੱਤਾ ਹੋਊਗਾ ਉਹ ਮੈਂ ਲੋਕਾਂ ਦੇ ਸਾਹਮਣੇ ਰੱਖੂਗਾ। ਅੱਛਾ ਜੀ, ਇਸ ਵੇਲੇ ਜਿਹੜੀ ਪਾਰਟੀ ਦੀ ਜਿਹੜੀ ਚੋਣਾਂ ਦੀ ਤਿਆਰੀ ਕਿਸ ਤਰ੍ਹਾਂ ਕਰ ਰਹੀ ਹੈ? ਤਿਆਰੀ ਹੈ ਜੀ, ਅਸੀਂ ਗਰਾਊਂਡ ਲੈਵਲ 'ਤੇ ਕੰਮ ਕੀਤਾ ਹੋਇਆ, ਸਾਡਾ ਵਲੰਟੀਅਰ ਜਿਹੜਾ ਉਹਨਾਂ ਨੇ ਦਿਨ ਰਾਤ ਕੰਮ ਕੀਤਾ ਸੀ। ਅਸੀਂ ਆਪਣੇ ਵਲੰਟੀਅਰ ਨੂੰ ਇੱਕ ਗੱਲ ਦਿਖਾਈ ਸੀ ਕਿ ਇਹ ਪਾਰਟੀ ਦੂਜੀਆਂ ਪਾਰਟੀਆਂ ਦਾ ਕੀ ਹੋਏ, ਇਹ ਪਾਰਟੀ ਮੰਗਦਾ ਰਿਸ਼ਤੇਦਾਰੀਆਂ ਦੀ ਕੋਈ ਥਾਂ ਨਹੀਂ, ਪੈਸੇ ਦੀ ਕੋਈ ਥਾਂ ਨਹੀਂ। ਇੱਥੇ ਜਿਹੜਾ ਬੰਦਾ ਕੰਮ ਕਰੂਗਾ ਉਹਦੀ ਕੋਈ ਜਾਤ ਹੋਏ, ਉਹ ਗਰੀਬ ਹੋਏ ਜਾਂ ਅਮੀਰ ਹੋਏ, ਅਸੀਂ ਉਹਨੂੰ ਪ੍ਰੈਫਰ ਕਰਾਂਗੇ। ਉਹਨਾਂ ਲੋਕਾਂ ਨੇ ਕੰਮ ਤੋੜ ਕੇ ਕੰਮ, ਸਾਡੇ ਵਲੰਟੀਅਰ ਨੇ ਪੰਜਾਬ 'ਚ ਇੰਨਾ ਕੰਮ ਕੀਤਾ, ਮੇਰਾ ਖਿਆਲ ਦੇਖ ਕੇ ਕਿਸੇ ਹੋਰ ਪਾਰਟੀ ਦਾ ਵਲੰਟੀਅਰ ਇਸ ਤਰ੍ਹਾਂ ਕੰਮ ਨਹੀਂ ਸੀ ਕਰਦਾ, ਕਿਉਂਕਿ ਲੋਕ ਇਸ ਸਿਸਟਮ ਤੋਂ ਤੰਗ ਸੀ, ਕਰਪਸ਼ਨ ਤੋਂ, ਗੁੰਡਾ ਦੇ ਪੋਲੀਟੀਕਲ ਲੋਕਾਂ ਦੀ ਇੰਟਰਫੇਅਰ ਤੋਂ, ਲੋਕ ਤਬਦੀਲੀ ਚਾਹੁੰਦੇ ਚਾਹੁੰਦੇ, ਪਰ ਉਹਦੇ ਵਾਸਤੇ ਸਾਡੇ ਵਲੰਟੀਅਰ ਨੇ ਬਹੁਤ ਕੰਮ ਕੀਤਾ। ਅਸੀਂ ਬੂਥ 'ਤੇ ਵੀ ਕੰਮ ਕੀਤਾ, ਅਸੀਂ ਪਿੰਡ ਲੈਵਲ 'ਤੇ ਵੀ ਕੰਮ ਕੀਤਾ, ਅਸੀਂ ਕੋਈ 25-26 ਲੱਖ ਬੰਦਾ ਸਾਡਾ ਅਸੀਂ ਮੈਂਬਰ ਬਣਾਇਆ, ਅਸੀਂ ਪਰਿਵਾਰ ਜੋੜੋ ਮੁਹਿੰਮ ਚਲਾਈ ਹੈ, ਅਸੀਂ ਪੰਜਾਬ ਬਚਾਓ ਬੇਈਮਾਨ ਬਚਾਓ ਇਹ ਮੁਹਿੰਮ ਸਾਡੇ ਪੰਜਾਬ 'ਚ ਚਲਾਈ ਹੈ, ਜਿਵੇਂ ਕਿ ਮੇਰਾ ਖਿਆਲ 14-15 ਹਜ਼ਾਰ ਕਰੋੜ ਦਾ ਸਫ਼ਰ ਕੀਤਾ ਵਾ, ਦਿਨ ਰਾਤ ਕੰਮ ਕੀਤਾ ਪਾਰਟੀ ਵਾਸਤੇ, ਤਾਂ ਪਾਰਟੀ ਇੱਥੇ ਪਹੁੰਚੀ। ਉਹ ਸਾਡਾ ਜਿਹੜਾ ਮਨੋਰਥ ਆ ਲੋਕਾਂ ਨੂੰ ਕਰਪਸ਼ਨ ਫ੍ਰੀ, ਉਹੀ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਕਿ ਪਾਰਟੀ ਕਿਹੜੇ 4-5 ਮੁੱਦੇ ਲੈ ਕੇ ਚੋਣਾਂ ਲੜਨ ਜਾ ਰਹੀ ਹੈ? ਸਭ ਤੋਂ ਵੱਡਾ ਮੁੱਦਾ ਤਾਂ ਸਾਡੇ ਵਾਸਤੇ ਜੀ ਕਰਪਸ਼ਨ ਨਹੀਂ ਹੈ, ਕਿ ਪੰਜਾਬ ਦੇ ਕਿਸੇ ਦਫ਼ਤਰ 'ਚ ਜੋ ਕਿਤੇ ਚਲੇ ਜਾਓ ਬਿਨਾਂ ਪੈਸੇ ਨੂੰ ਕੰਮ ਦੇ। ਦੂਜਾ ਇਹ ਆ ਵੀ ਕਿਸਾਨ ਜਿਹੜਾ ਅੰਨਦਾਤਾ ਸਾਡੇ ਦੇਸ਼ ਨੂੰ ਰੋਟੀ ਰੋਟੀ ਖਾਉਂਦਾ, ਉਹ ਆਪ ਖੁਦ ਕਿਸ਼ਮਾਂ ਕਰ ਰਿਹਾ, ਪਰ ਸਾਡੀ ਇੰਡਸਟਰੀ ਜਿਹੜੀ ਹੈ ਦੂਜਾ ਸੂਬੇ ਵਿੱਚ ਚੱਲ ਰਹੀ ਹੈ। ਸਾਡਾ ਜਿਹੜਾ ਚੈਲੇਂਜ ਦਾ ਸਾਡਾ ਯੂਥ ਜਿਹੜਾ ਉਹ ਉਹਨਾਂ ਨੂੰ ਕੋਈ ਆਪਣਾ ਰੁਜ਼ਗਾਰ ਨਹੀਂ ਲੱਗਦਾ, ਦੂਜੇ ਮੁਲਕਾਂ ਦੀ ਮਾਈ ਹੋ ਰਹੀ ਹੈ, ਸਾਡੀ ਗਰੀਬ ਦੀ ਹਾਲਤ ਮਾਰੀ ਹੈ, ਸਾਡੇ ਪੇਂਡੂ ਦੀ ਹਾਲਤ ਮਾਰੀ ਹੈ, ਸ਼ਹਿਰ ਦੀ ਮਾਰੀ ਹੈ। ਜੋ ਕੰਮ ਲੀਡਰਾਂ ਦਾ ਹੁੰਦਾ ਸੀ ਉਹ ਲੀਡਰਾਂ ਨੇ ਆਪਣੀ ਜ਼ਿੰਦਗੀ ਸਾਡੇ ਸੀ, ਪੁਰਾਣੇ ਸਮੇਂ ਦੇ ਵਿੱਚ ਜੇ ਲੀਡਰ ਵੱਲ ਤੋਂ ਉਹਨਾਂ ਕਰ ਲੈਂਦਾ ਸੀਗਾ ਤਾਂ ਉਹ ਸਮਝਦਾ ਸੀ ਕਿ ਮੇਰੇ ਵਾਸਤੇ ਬਹੁਤ ਵੱਡੀ ਸਰਕਾਰ। ਅੱਜ ਲੀਡਰਾਂ ਨੇ ਪੋਲੀਟਿਕਸ ਜਿਹੜੀਆਂ ਪੇਸ਼ਾ ਬਣਾ ਲਿਆ, ਇੱਕ ਪ੍ਰੋਫੈਸ਼ਨ ਬਣ ਗਿਆ, ਜਿਹੜਾ ਦੂਜਾ ਕਾਰੋਬਾਰ ਕਰਦੇ ਉਸਦਾ ਲੀਡਰ ਕਰਦਾ, ਸਾਰਾ ਕੰਮ ਜਿਹੜਾ ਬੱਸਾਂ ਲੀਡਰਾਂ ਦੀਆਂ ਨੈਟਵਰਕ ਸਾਰਾ ਲੀਡਰਾਂ ਦੇ ਕੋਲ ਆ, ਰੇਲ ਬਿਜਲੀ ਲੀਡਰਾਂ ਦੇ ਕੋਲ ਆ, ਸਕੂਲ ਕਾਲਜ ਲੀਡਰਾਂ ਦੇ ਕੋਲ ਨੇ, ਸਾਰਾ ਕਾਰੋਬਾਰ ਹੀ ਲੀਡਰਾਂ ਨੇ ਆਪ ਸਭ ਲਿਆ, ਜਿਹਦੇ ਤੋਂ ਸਾਰਾ ਖਰਚਾ ਜਿੰਨਾ ਵਪਾਰੀ ਆ ਬਿਜ਼ਨਸਮੈਨ ਆ ਉਹ ਟਰਾਈ ਟਰਾਈ ਕਰਕੇ ਚਲਾ ਗਿਆ। ਇਹ ਗੱਲਾਂ ਜੀ ਲੋਕਾਂ ਦੇ ਬਹੁਤ ਦੇਖਣ, ਸਾਡੀ ਪ੍ਰਾਇਰਟੀ ਹੈ ਕਿ ਅਸੀਂ ਪਰਿਵਾਰ ਨਹੀਂ ਪਾਏ, ਅਸੀਂ ਪੰਜਾਬ ਦੇ ਬੀਜੇਪੀ ਕਰਕੇ ਸਮਾਪਤ ਨਸ਼ਾ ਮੁਕਤ ਪੰਜਾਬ ਬਣਾਉਣਾ, ਸਾਡੇ ਬੱਚਿਆਂ ਨੇ ਸਾਡੀ ਜਵਾਨੀ ਬਰਬਾਦ ਕਰ ਦਿੱਤੀ ਹੈ, ਅਸੀਂ ਕਰਪਸ਼ਨ ਖਤਮ ਕਰਨੀ ਹੈ, ਕਿਉਂਕਿ ਜੇ ਤੁਸੀਂ ਆਪ ਜ਼ਿਆਦਾ ਕਰੋ ਤਾਂ ਤੁਸੀਂ ਮੰਨ ਜਾਏਗਾ ਦੇਸ਼, ਉਹਦੇ ਵਾਸਤੇ ਅਸੀਂ ਕੰਮ ਕਰਨਾ ਸਾਰਿਆਂ ਨੂੰ, ਅਸੀਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਉਹਨੂੰ ਬਚਾਉਣਾ, ਇੰਡਸਟਰੀ ਆਪਣੀ ਵਾਪਸ ਲੈ ਕੇ ਆਉਣੀ ਹੈ, ਵਪਾਰੀ ਦਾ ਕੰਫੀਡੈਂਸ ਵਧਾਉਣਾ ਵਾ, ਔਰ ਸੱਤ ਜਿਹੜਾ ਬਣਾ ਉਹ ਸਾਡੇ ਕਰਨਾ। ਠੀਕ ਹੈ ਜੀ, ਬਹੁਤ ਅੱਛੇ ਮੁੱਦੇ ਇੱਥੋਂ ਦੇ ਲੋਕ ਇਹਨਾਂ ਮੁੱਦਿਆਂ ਉੱਤੇ ਧਿਆਨ ਨਾਲ ਗੱਲ ਸੁਣ ਰਹੇ ਆ ਅਤੇ ਚਾਹੁੰਦੇ ਆ ਕਿ ਇਹਨਾਂ ਮੁੱਦਿਆਂ ਦੇ ਆਧਾਰ ਤਬਦੀਲੀ ਉੱਤੇ ਸਰਕਾਰ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਲੋਕਾਂ ਵਿੱਚ ਇਹ ਪ੍ਰਭਾਵ ਜਾ ਰਿਹਾ ਕਿ ਜਿਹੜੀ ਹਾਈ ਕਮਾਂਡ ਹੈ ਆਮ ਆਦਮੀ ਪਾਰਟੀ ਦੀ ਉਹ ਪੰਜਾਬ ਦੇ ਜਿਹੜੇ ਲੀਡਰ ਆ ਤਜਰਬੇਕਾਰ ਲੀਡਰ ਆ ਉਹਨਾਂ ਨੂੰ ਇਹ ਵਿਧਾਨ ਸਭਾ ਚੋਣਾਂ ਜਿੱਤਣ ਲਈ ਬਣਦਾ ਰੋਲ ਨਹੀਂ ਦੇ ਰਹੀ ਹਾਈ ਕਮਾਂਡ, ਇਹਦੇ ਬਾਰੇ ਖਾਸ ਕਰਕੇ ਹੋਣ ਦੇ ਸਮੇਂ ਤੁਹਾਡੀ ਗੈਰ ਹਾਜ਼ਰੀ ਵੀ ਲੋਕਾਂ ਨੂੰ ਬੜੀ ਰੜਕੀ ਹੈ, ਇਹਦੇ ਬਾਰੇ ਕੀ ਤੁਸੀਂ? ਦੇਖੋ ਇਹਦੇ ਬਾਰੇ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਜੀ, ਜੇ ਲੀਡਰਸ਼ਿਪ ਨੂੰ ਇਗਨੋਰ ਕਰਕੇ ਪਾਰਟੀਆਂ ਚੱਲਦੀਆਂ ਨੇਗੀਆਂ, ਆਫਟਰ ਸਟੇਟ ਦੇ ਵਿੱਚ ਫੇਸ ਵੀ ਲੋਕ ਦੇਖਦੇ ਆ, ਲੋਕਾਂ ਦਾ ਕੰਮ ਵੀ ਦੇਖਦੇ ਆ, ਲੋਕਾਂ ਦਾ ਕ੍ਰੈਡੀਬਿਲਿਟੀ ਵੀ ਲੋਕ ਦੇਖਦੇ ਆ, ਔਰ ਜਿਹੜਾ ਇਹ ਗੱਲਾਂ ਸਾਰੀਆਂ ਪਾਰਟੀਆਂ ਕਿਹੜੀਆਂ ਪਾਰਟੀਆਂ ਇਹਨਾਂ ਗੱਲਾਂ ਦਾ ਖਿਆਲ ਰੱਖਣਗੀਆਂ, ਲੀਡਰ ਬਿਲਡ ਕਰਨਗੀਆਂ, ਵੱਡੇ ਵੱਡੇ ਬੰਦਿਆਂ ਨਾਲ ਅਸਾਂ ਲੜਨਾ ਵਾ, ਜਿਹਨਾਂ ਦੇ ਕੋਲ ਪੈਸਾ ਹੈ, ਜਿਹਨਾਂ ਦਾ ਨਾਂ ਲੰਬਾ ਸਮਾਂ, ਜਿਹਨਾਂ ਕੋਲ ਪਾਵਰ ਰਹੀ ਹੈ, ਉਹਨਾਂ ਦੇ ਨਾਲ ਲੜਨ ਵਾਸਤੇ ਸਾਨੂੰ ਡਿਵੈਲਪ ਕਰਨੀ ਚਾਹੀਦੀ ਹੈ, ਲੀਡਰਸ਼ਿਪ ਵੀ ਸਾਨੂੰ ਡਿਵੈਲਪ ਕਰਨੀ ਚਾਹੀਦੀ ਹੈ, ਹਾਂ ਖਾਸ ਤੌਰ 'ਤੇ ਲੀਡਰਸ਼ਿਪ ਡਿਵੈਲਪ ਕਰਨੀ ਪੈਣੀ, ਫਿਰ ਉਹ ਲੀਡਰਸ਼ਿਪ 'ਤੇ ਭਰੋਸਾ ਵੀ ਕਰਨਾ ਚਾਹੀਦਾ। ਔਰ ਸੈਕਿੰਡ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਦੋ ਸੂਚੀਆਂ 'ਚ ਅਸੀਂ ਐਬਸੈਂਟ ਰਹੇ ਹਾਂ, ਜਿਹੜੀ ਪਹਿਲੀ ਸੂਚੀ ਆ ਉਹਦੇ ਵਿੱਚ ਮੇਰਾ ਸਾਰਿਆਂ ਨੂੰ ਪਤਾ, ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ, ਅਤੇ ਅਸੀਂ ਲੋਕਾਂ ਦੇ ਵਿੱਚ ਦਿਨ ਰਾਤ ਇੱਕੋ ਪ੍ਰਚਾਰ ਕੀਤਾ ਸੀ, ਕਰਪਟ, ਕ੍ਰਿਮੀਨਲ, ਕਰੈਕਟਰਲੈਸ, ਲੈਂਡ ਗ੍ਰੈਬਰ ਅਤੇ ਪੁਲਿਸ ਦੇ ਇਨਫਾਰਮਰ ਜਿਹੜੇ ਆ ਉਹਨਾਂ ਨੂੰ ਅਸੀਂ ਅੱਗੇ ਨਹੀਂ ਲਿਆਵਾਂਗੇ, ਅਸੀਂ ਸਾਫ਼ ਸੁਥਰੇ ਫਿਰ ਸੱਗੇ ਲਿਆਵਾਂਗੇ।
ਇਧਰ ਡੈਮੋਕ੍ਰੇਸੀ ਹੈ ਪਾਰਟੀ 'ਚ, ਦੂਜੀਆਂ ਪਾਰਟੀਆਂ 'ਚ ਸ਼ਾਇਦ ਕਿਸੇ ਨੂੰ ਬੋਲਣ ਦਾ ਵੀ ਹੱਕ ਨਹੀਂ ਹੁੰਦਾ, ਪਰ ਆਪਣੀ ਪਾਰਟੀ ਦੇ ਵਿੱਚ ਬੋਲਣ ਦਾ ਅੰਦਰ ਖੁੱਲ੍ਹੀ ਗੱਲ ਕਰਨ ਦਾ ਹੱਕ ਹੈ। ਮੈਂ ਆਪਣੀ ਗੱਲ ਕੀਤੀ ਹੈ ਅਤੇ ਜਿਹੜੇ ਕੁਝ ਬੰਦੇ ਆ ਜਿਨ੍ਹਾਂ 'ਤੇ ਅਸੀਂ ਵੋਟ ਕਰਦੇ ਹਾਂ, ਜਿਨ੍ਹਾਂ ਨੂੰ ਵਰਕਰ ਪਸੰਦ ਨਹੀਂ ਕਰਦੇ, ਉਹਨਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਜਿਹੜੇ ਬੰਦੇ ਚੰਗੇ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ, ਸਾਡਾ ਵਰਕਰ ਮਰ ਗਿਆ ਕੰਮ ਕਰਕੇ, ਅਸੀਂ ਇਹ ਚਾਹੁੰਦੇ ਸੀ ਕਿ ਵਰਕਰ ਜੋ ਅਸੀਂ ਵਰਕਰ ਨਾਲ ਸਟੇਜਾਂ 'ਤੇ ਵਾਅਦੇ ਕੀਤੇ ਆ ਉਹ ਅਸੀਂ ਪੂਰੇ ਕੀਤੇ ਜਾਣ। ਉਹ ਮੈਂ ਪਾਰਟੀ ਦੇ ਵਿੱਚ ਆਪਣੀ ਗੱਲ ਕੀਤੀ ਹੈ, ਉਹ ਪਾਰਟੀ ਵਿੱਚ ਸੁਧਾਰ ਜ਼ਰੂਰ ਲਿਆਊਂਗੀ। ਜਿਸ ਵੇਲੇ ਮੈਂ ਉਸ ਦਿਨ ਬਾਬਾ ਬਕਰਾਲ ਸਾਹਿਬ ਰੱਖਣ ਪੁੰਨਿਆਂ ਦਾ ਲਿਆਉਣਾ ਸੀਗਾ ਅਤੇ ਅਸੀਂ ਜਾਮ 'ਚ ਫਸੇ ਹੋਏ ਸੀ, ਮੈਨੂੰ ਪੂਰੀ